ਆਜ ਜਿੰਨੇ ਇੱਥੋਂ ਕਿੱਕਰ ਤੋਂ ਲਾਈ ਨਾ ਟਾਲੀ ਤੋਂ ਮਸਵਾਕ ਤੇ ਬਦਰੁਗੋ ਦੀ ਲੱਤ ਤੋੜ ਛੱਡਣ। ਜਿਹੜੇ ਬੰਦੇ ਨੇ ਆ ਕਿੱਕਰ ਪੱਟਿਆ ਨਾ ਬਾਬਾ ਜੀ ਜਨਾਬ ਉਹਦੀ ਉਹਨੂੰ ਉਹਦੀ ਲੱਤ ਤੋੜ ਛੱਡਣਗੇ, ਉਹਦੀ ਬਾਂਹ ਤੋੜ ਛੱਡਣ। ਉਹ ਯਾਰ ਕੋ ਖੁਦਾ ਦਾ ਖੌਫ ਕਰੋ, ਇਹ ਬਾਬੇ ਸਾਰੇ ਲੱਤਾਂ ਬਾਹਾਂ ਤੋੜਨ ਲਈ ਰੱਖੇ ਹਨ। ਕੋਈ ਅੱਲਾਹ ਤੋਂ ਡਰੋ, ਕਿਆ ਵਲੀਓ ਕਾ ਕਾਮ ਟਾਂਗੇ ਤੋੜਨਾ ਹੋਤਾ ਹੈ, ਕਿਆ ਵਲੀ ਲੋਕੋ ਕੋ ਨੁਕਸਾਨ ਪਹੁੰਚਾਤੇ ਹੈਂ? ਨਹੀਂ ਮੇਰੇ ਭਾਈਓ, ਤੁਮ ਗਲਤ ਹੋ, ਇਹ ਤੁਮੇ ਕਿਸੀ ਨੇ ਗਲਤ ਬਤਲਾਇਆ ਹੈ, ਇਹ ਤੁਮੇ ਕਿਸੀ ਨੇ ਗਲਤ ਰਸਤੇ ਪੇ ਲਗਾ ਦਿਆ ਹੈ। ਓਏ ਵਲੀ ਤੇ ਏਡੇ ਚੰਗੇ ਹੁੰਦੇ ਨੇ, ਮਾਰਾਂ ਖਾਣ ਰੱਬ ਦੇ ਦੀਨ ਲਈ ਵਲੀ, ਉਫ ਨਾ ਕਰਨ ਵਲੀ, ਵੱਲਾ ਦੇ ਦੀਨ ਵਾਸਤੇ ਲੜਨ ਵਲੀ, ਔਰ ਜਨਾਬ ਗਾਲਾਂ ਨਾ ਕੱਢਣ ਵਲੀ, ਕਿਸੇ ਨੂੰ ਮੰਦਾ ਨਾ ਬੋਲਣ ਵਲੀ, ਵਲੀ ਕਿਸੇ ਨੂੰ ਤੰਗ ਨਾ ਕਰਨ, ਵਲੀ ਕਿਸੇ ਨੂੰ ਪਰੇਸ਼ਾਨ ਨਾ ਕਰਨ, ਵਲੀ ਕਿਸੇ ਦੀ ਧੀ ਭੈਣ ਵੱਲ ਨਜ਼ਰ ਚੁੱਕ ਕੇ ਨਾ ਵੇਖੇ। ਮੈਂ ਯਾਰ ਵੇਖ ਵਲੀ ਦਾ ਕੀ ਹੁੰਦਾ ਹੈ, ਜਿਹੜਾ ਲੱਤਾਂ ਪਾਵਾਂ ਤੋੜੇ। ਔਰ ਰੱਬ ਦਾ ਵਲੀ ਨਹੀਂ ਹੋ ਸਕਦਾ ਜਿਹੜਾ ਲੋਕਾਂ ਦੀਆਂ ਤੀਆਂ ਪੈਣਾ ਪੱਕੇ, ਔਰ ਰੱਬ ਦਾ ਵਲੀ ਨਹੀਂ ਹੋ ਸਕਦਾ ਜਿਹਦੇ ਕੋਲ ਜਾ ਕੇ ਇੱਕ ਕੱਲੀ ਔਰਤ ਅੱਠ ਦਿਨ ਉਹਦੇ ਕੋਲ ਨੌਰਾਤਾ ਕੱਟੇ। ਉਹ ਵਲੀ ਨਹੀਂ ਹੋ ਸਕਦਾ, ਉਹ ਕੁਛ ਹੋਰ ਤੇ ਹੋ ਸਕਦਾ ਹੈ, ਵਲੀ ਨਹੀਂ ਹੋ ਸਕਦਾ। ਵਲੀ ਕੌਣ ਹੁੰਦਾ ਹੈ? ਜਿਹਦੀ ਅਕਲ ਮਹਫੂਜ਼ ਹੋਵੇ, ਜਿਹਦੀ ਸ਼ਕਲ ਮਹਫੂਜ਼ ਹੋਵੇ, ਜਿਹਦੀ ਅਕਲ ਮਹਫੂਜ਼ ਹੋਵੇ, ਜਿਹਦੀ ਨਕਲ ਮਹਫੂਜ਼ ਹੋਵੇ। ਵਲੀ ਰੱਬ ਦਾ ਹੱਕ ਸੁਣਾਉਣ ਵਾਲਾ ਹੁੰਦਾ ਹੈ, ਵਲੀ ਕੱਟਣੋਂ ਕੱਟ ਜਾਂਦਾ ਹੈ, ਲੇਕਿਨ ਵਲੀ ਕਿਸੇ ਗੈਰ ਦੇ ਬੂਬੇ ਤੇ ਨਾ ਝੁਕਦਾ ਹੈ ਨਾ ਝੁਕਾਉਂਦਾ ਹੈ। ਮੇਰੇ ਵੀਰੋ ਕੋ ਗਲਤ ਫਹਿਮੀ ਪੈ ਗਈ ਆਪਾਂ ਨੂੰ, ਆਓ ਗਲਤ ਫਹਿਮੀ ਕੱਢੀ, ਇਸ ਗਲਤ ਫਹਿਮੀ ਚੋਂ ਨਿਕਲੋ। ਇਹ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ, ਫਲਾਂ ਦਰਖਤ ਨਹੀਂ ਪਟਣਾ ਜੀ, ਵਲੀ ਮੰਜੀ ਮੂਦੀ ਕਰ ਦੇਗਾ। ਖੁਦਾ ਦਾ ਖੌਫ ਕਰੋ ਯਾਰ, ਅੱਲਾ ਅੱਲਾ ਅੱਲਾ, ਵਲੀ ਇੰਜ ਦਾ ਕੰਮ ਕਰਦੇ ਨਾ? ਵਲੀ ਨਹੀਂ, ਅੱਲਾ ਅੱਲਾ ਅੱਲਾ, ਵਲੀ ਇੰਜ ਦਾ ਕੰਮ ਕਰਦੇ ਕੋਈ ਨਹੀਂ, ਤਿੰਜ ਦੇ ਟਾਲੀਆਂ ਤੇ ਬੇਰੀਆਂ ਕੋਲੋਂ ਭਾਬੀ ਡਰਦੇ ਕੋਈ ਨਹੀਂ। ਜਿਹੜੀ ਟਾਲੀ ਨਹੀਂ ਪਟੀਂਦੀ ਸਾਨੂੰ ਦੱਸੋ, ਅਸੀਂ ਪਟਨੇ, ਅਸੀਂ ਤਾਂ ਪਟਨੇ ਆ। ਜਿਹੜੀ ਬੇਰੀ ਪਟਣੀ ਹੈ, ਜਿਹੜਾ ਕੁਝ ਪਟਣਾ ਸਾਨੂੰ ਦੱਸੋ। ਅੱਲਾ ਅੱਲਾ, ਵਲੀ ਨਹੀਂ ਚੂੜੀਆਂ ਪਾਉਂਦੇ, ਵੰਗਾਂ ਦੇ ਗੀਤ ਨਹੀਂ ਗਾਉਂਦੇ, ਵਲੀ ਤੇ ਕੁਰਾਨ ਪੜ੍ਹਦੇ ਨੇ, ਵਲੀ ਤੇ ਕੁਰਾਨ ਪੜ੍ਹਦੇ ਨੇ, ਵਲੀ ਤੇ ਕੁਰਾਨ ਪੜ੍ਹਦੇ ਨੇ। ਵਹਾਬੀਆਂ ਕੋਲ ਆਇਆ ਕਰ, ਖੁਦਾ ਛੱਡ ਕੇ ਨਾ ਕਬਰਾਂ ਤੇ, ਤੂੰ ਸਰ ਆਪਣਾ ਝੁਕਾਇਆ ਕਰ। ਅੱਲਾ ਖੁ ਅਕਬਰ, ਅੱਲਾ ਅੱਲਾ ਦਾ ਕੁਰਾਨ ਬਿਆਨ ਕਰਦਾ ਹੈ, يا عباد الرحمن الذين يمشون على الأرض هونا وإذا خاطبهم الجاهلون قالوا سلاما والذين يبيتون لربهم سجدا وقياما والذين يقولون ربنا اصرف عنا عذاب جهنم إن عذابها كان غراما